ਦਾ ਸੰਗਰੂਰ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਜੀ ਹਾਂ ਹੁਣ ਸਿਰਫ ਡੋਰ ਟੂ ਡੋਰ ਜਾ ਕੇ ਹੀ ਕੈਂਪੇਨ ਕੀਤੀ ਜਾ ਸਕੇਗੀ ਵੀਰਵਾਰ ਨੂੰ ਜ਼ਿਮਨੀ ਚੋਣ ਦੇ ਲਈ ਵੋਟਾਂ ਪੈਣੀਆਂ ਨੇ ਐਤਵਾਰ ਨੂੰ ਚੋਣ ਨਤੀਜੇ ਆਉਣਗੇ ਜੀ ਹਾਂ ਐਤਵਾਰ ਨੂੰ ਚੋਣ ਨਤੀਜੇ ਆਉਣੇ ਨੇ ਉਸ ਤੋਂ ਪਹਿਲਾਂ ਪ੍ਰਚਾਰ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਹੁਣ ਸਿਰਫ ਡੋਰ ਟੂ ਡੋਰ ਜਾ ਕੇ ਹੀ ਉਮੀਦਵਾਰ ਕੈਂਪੇਨਿੰਗ ਕਰ ਸਕਣਗੇ ਉਸ ਤੋਂ ਪਹਿਲਾਂ ਦੱਸ ਦਈਏ ਪੂਰੀ ਵਾਹ ਲਾ ਦਿੱਤੀ ਗਈ तमाम ਪਾਰਟੀਆਂ ਵੱਲੋਂ ਪਾਰਟੀ ਦੇ ਉਮੀਦਵਾਰਾਂ ਵੱਲੋਂ ਵਕਫਾ ਖਟੰਗ ਦੇ ਨਾਲ ਵੋਟਰਸ ਨੂੰ ਆਪੋ ਆਪਣੀ ਗੱਲ ਪਹੁੰਚਾਈ ਗਈ ਹੈ ਵੀਰਵਾਰ ਨੂੰ ਜਿਮਣੀ ਚੋਣ ਦੇ ਲਈ ਵੋਟਾਂ ਪੈਣੀਆਂ ਨੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਕੱਲ ਵੀ ਵੱਡੇ ਪੱਧਰ ਤੇ ਪ੍ਰਚਾਰ ਜ਼ੋਰ ਸ਼ੋਰ ਦੇ ਨਾਲ ਹੁੰਦਾ ਵਿਖਾਇ ਦਿੱਤਾ ਤੇ ਅੱਜ ਵੀ ਉਮੀਦਵਾਰਾਂ ਵੱਲੋਂ ਉਹਨਾਂ ਦੀਆਂ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਾ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਿਮਰਨਜੀਤ ਮਾਨ ਰੋਡ ਸ਼ੋਅ ਕਰਦੇ ਵਿਖਾਇ ਦਿੱਤੇ ਸ਼ਰਮਣੀ ਅਕਾਲੀ ਦਲ ਦਾ ਚੋਣ ਪ੍ਰਚਾਰ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਾਂਗਰਸ ਨੇ ਵੀ ਵੋਟ ਅਪੀਲ ਕੀਤੀ ਤੇ ਭਾਜਪਾ ਨੇ ਵੀ ਲੋਕਾਂ ਨੂੰ ਸਾਥ ਦੇਣ ਲਈ ਅਪੀਲ ਕੀਤੀ ਹੈ ਜਿਹਾ ਤੁਹਾਨੂੰ ਦੱਸ ਦਈਏ ਬਹੁਕੋੜੀ ਮੁਕਾਬਲਾ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਅਤੇ ਸਿਮਰਨਜੀਤ ਮਾਨ ਵੱਖ-ਵੱਖ ਟਾਂਗ ਦੇ ਨਾਲ ਚੋਣ ਪ੍ਰਚਾਰ ਹੁੰਦਾ ਵਿਖਾਈ ਦਿੱਤਾ ਪਰ ਚੋਣ ਪ੍ਰਚਾਰ ਹੁਣ ਖਤਮ ਹੋ ਚੁੱਕਿਆ ਹੈ ਹੁਣ ਟੂ ਡੋਰ ਟੂ ਡੋਰ ਜਾ ਕੇ ਹੀ ਉਮੀਦਵਾਰ ਵੋਟ ਮੰਗ ਸਕਣਗੇ ਤਾਂ ਸੰਗਰੂਰ ਲੋਕ ਸਭਾ ਹਲਕਾ ਤੁਹਾਨੂੰ ਗਣਿਤ ਦੱਸਦੇ ਹਾਂ ਇਸ ਲੋਕ ਸਭਾ ਹਲਕੇ ਦੀ ਟੋਟਲ ਵੋਟਰ ਕਿੰਨੇ ਨੇ 15 ਲੱਖ 69240 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 830000 ਪੁਰਸ਼ ਤੇ ਬਾਕੀ 739140 ਫੀਮੇਲ ਵੋਟਰ ਨੇ ਜਦਕਿ 44 ਟਰਾਂਸਜੈਂਡਰ ਵੋਟਰ ਸਨ ਤਾਂ ਚੌਣ ਮੈਦਾਨ ਚ ਕੁੱਲ ਉਮੀਦਵਾਰ ਕਿੰਨੇ ਨੇ ਜਿहां 16 ਉਮੀਦਵਾਰ ਨੇ 16 ਪੁਰਸ਼ ਅਤੇ 3 ਮਹਿਲਾਵਾਂ ਐਸਐਚ ਚੌਂ ਮੈਦਾਨ ਦੇ ਵਿੱਚ ਹਨ કુલ 16 ਉਮੀਦਵਾਰ ਹਨ ਚੌਂ ਮੈਦਾਨ ਦੇ ਵਿੱਚ ਤੇ 23 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ 23 ਜੂਨ ਨੂੰ VOTING ਹੋਵੇਗੀ 26 ਜੂਨ ਨੂੰ ਨਤੀਜੇ ਕੋਸ਼ਤਕਾਰ ਦਿੱਤੇ ਜਾਣਗੇ ਜਿਹੜਾ ਰਿਜ਼ਲਟ 26 ਜੂਨ ਨੂੰ ਆਵੇਗਾ ਸੰਗਰੂਰ ਜਿਮਨੀ ਚੌਂ ਦੇ ਲਈ ਕਿਹੜੇ-ਕਿਹੜੇ ਉਮੀਦਵਾਰ ਚੌਣ ਮੈਦਾਨ ਦੇ ਵਿੱਚ ਮੁੱਖ ਤੌਰ ਤੇ ਵਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਮੁਕਾਬਲਾ ਹੈ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਰਾਜਵਾਨਾ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਹਨ ਗੁਰਮੇਲ ਸਿੰਘ ਆਮ ਆਦਮੀ ਪਾਰਟੀ ਵੱਲੋਂ ਹਨ ਦਲਵੀਰ ਗੋਲਡੀ ਕਾਂਗਰਸ ਦੇ ਉਮੀਦਵਾਰ ਹਨ ਤੇ ਨੇ ਉਹ ਮੀਡਵਾਰ ਜਿਨ੍ਹਾਂ ਦੇ ਵਿੱਚ ਸਖਤ ਮੁਕਾਬਲਾ ਹੈ ਹਾਲਾਂਕਿ 16 ਉਮੀਦਵਾਰ ਕੁੱਲ ਚੌਣ ਮੈਦਾਨ ਚੋਹਨ ਪਰ ਜਿਹੜੇ ਵੱਡੇ ਨਾਮ ਨੇ ਉਹ ਤੁਹਾਨੂੰ ਦੱਸ ਰਹੇ ਨੇ ਸ਼ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਹਨ ਕਮਲਦੀਪ ਕੋਰ ਰਾਜਵਾਨਾ ਕਾਂਗਰਸ ਵੱਲੋਂ ਦਲਵੀਰ ਗੋਲਡੀ ਚੌਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੰਗਰੂਰ ਦੇ ਸੰਗਰਾਮ ਦੇ ਵਿੱਚ ਅਗਲਾ ਨਾਮ ਆਂਦਾ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦਾ ਤਇ ਹੈ ਸੰਗਰੂਰ ਦੇ ਸੰਗਰਾਮ ਦੀ ਤਸਵੀਰ ਕਿਹੜਾ ਕਿਹੜਾ ਉਮੀਦਵਾਰ ਚੌਣ ਮੈਦਾਨ 'ਚ ਹੈ ਤੁਹਾਨੂੰ ਦੱਸ ਰਹੇ ਹਾਂ ਭਾਜਪਾ ਵੱਲੋਂ ਕੇਵਲ ਟਿੱਲੋ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਸੰਗਰੂਰ ਲੋਕ ਸਭਾ ਚੋਣ ਲਈ ਪ੍ਰਚਾਰ ਰੁਕ ਗਿਆ ਹੈ ਤੇ ਹੁਣ ਆਖਰੀ ਫੈਸਲਾ ਸੰਗਰੂਰ ਦੇ ਵੋਟਰਾਂ ਨੇ ਕਰਨਾ ਨੌਂ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੇ ਕਰਨਾ ਕੁੱਲ ਵੋਟਰਾਂ ਦੀ ਗੱਲ ਕਰਗੇ ਤਾਂ 15 ਲੱਖ 69 ਹਜ਼ਾਰ ਤੋਂ ਵੱਧ ਵੋਟਰ ਨੇ 8 ਲੱਖ 30 ਹਜ਼ਾਰ ਤੋਂ ਵੱਧ ਮਰਦ ਵੋਟਰ ਨੇ 7 ਲੱਖ 49 ਹਜ਼ਾਰ ਤੋਂ ਵੱਧ ਮਹਿਲਾ ਵੋਟਰ ਨੇ ਕੁੱਲ 16 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਤਿੰਨ ਮਹਿਲਾ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਰੀਆਂ ਨੇ ਅੱਜ ਪੂਰਾ ਦਿਨ ਚੋਣ ਜਲਸਿਆਂ ਦੇ ਨਾਲ ਸੰਗਰੂਰ ਦਾ ਚੋਣ ਅਖਾੜਾ ਮਗਿਆ ਰਿਹਾ ਜਿੱਥੇ ਕਾਂਗਰਸ ਦੇ ਪ੍ਰਧਾਨ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੋਟਾਂ ਮੰਗੀਆਂ ਗਿਆ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਬਾ ਕਮਲਦੀਪ ਕੌਰ ਰਾਜੋਵਾਨ ਦੇ ਹੱਕ ਵਿੱਚ ਵੋਟਾਂ ਮੰਗੀਆਂ ਔਰ ਦੂਸਰੇ ਪਾਸੇ ਭਾਜਪਾ ਵੱਲੋਂ ਕੇਵਲ ਢਿੱਲੋਂ ਦੇ ਹੱਕ ਵਿੱਚ तमाम ਵੱਡੇ ਆਗੂ ਨੇਤਰੇ ਤਾਂ ਸਿਮਰਜੀਤ ਮਾਨ ਵੱਲੋਂ ਵੀ ਜਿਹੜਾ ਚੋਣ ਪ੍ਰਚਾਰ ਕੀਤਾ ਗਿਆ ਔਰ ਦੂਰ ਤੋਂ ਦੂਰ ਜਾ ਕੇ ਚੋਣ ਪ੍ਰਚਾਰ ਕਰਕੇ ਵੋਟਾਂ ਮੰਗੀਆਂ ਗਿਆ ਔਰ ਖੁਦ ਆਮ ਆਦੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਜਲਸਾ ਪਖਾਇਆ ਗਿਆ ਤੇ ਹੁਣ ਆਖਰੀ ਫੈਸਲਾ ਸੰਗਰੂਰ ਦੇ ਵੋਟਰਾਂ ਨੇ ਕਰਨਾ 1766 ਕੁੱਲ ਪੋਲਿੰਗ ਕੇਂਦਰ ਬਣਾਏ ਗਏ ਨੇ ਨਤੀਜੇ 26 ਜੂਨ ਨੂੰ ਆਉਣਗੇ 23 ਜੂਨ ਨੂੰ VOTING ਹੋਵੇਗੀ 8 ਤੋਂ ਲੈ ਕੇ 6 ਵਜੇ ਤੱਕ ਜਿਹੜੀ ਇਹ VOTING ਹੋਗੀ ਫਿਲਹਾਲ ਜਿਹੜਾ ਆਇਆ ਪ੍ਰਚਾਰ ਰੁਕ ਗਿਆ ਤੇ ਆਖਰੀ ਫੈਸਲਾ ਹੁਣ ਵੋਟਰਾਂ ਨੇ ਕਰਨਾ ਤਾਂ ਵੇਖਣਾ ਹੋਵੇਗਾ ਕਿਸ ਨੂੰ ਮਿਲਦੀ ਹੈ ਜਿੱਤ ਔਰ ਕਿਹੜਿਆਂ ਨੂੰ ਮਿਲਦੀ ਹੈ ਹਾਰ ਕੈਮਰਾਮੈਨ ਤੁਲਸੀ ਮਰ ਦੇ ਨਾਲ ਰਮਨਦੀਪ ਪੀ.ਸੀ.ਯੂ ਤੇ ਸੰਗਰੂਰ